ਤੋ ਹੈਲੋ ਗਾਈਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੱਦਾਂ ਤੁਸੀਂ ਸਾਰੇ? ਉਮੀਦ ਸਾਰੇ ਵਧੀਆ ਹੋਵੋਗੇ। ਅਤੇ ਅੱਜ ਦਾ ਵਲੌਗ ਅਸੀਂ ਸਟਾਰਟ ਕਰਦੇ ਹਾਂ ਅੱਜ ਨਾਲ ਸਿੱਧੂ ਮੂਸੇਵਾਲਾ ਵੀਰ ਆਪਣਾ। ਅਤੇ ਅੱਜ ਮੀਂਹ ਪੈ ਰਿਹਾ ਸੀਗਾ ਅਤੇ ਅਸੀਂ ਬਾਹਰ ਨਿਕਲੇ ਸੀਗੇ, ਤੁਹਾਨੂੰ ਜਿੱਦਾਂ ਅਸੀਂ ਕਿਹਾ ਸੀਗਾ ਅਸੀਂ ਮੀਂਹ 'ਚ ਵਲੌਗ ਬਣਾਵਾਂਗੇ। ਅੱਜ ਫਿਰ ਅਸੀਂ ਨਿਕਲੇ ਹਾਂ ਅਤੇ ਜੀਵਨ ਭਾਅ ਜੀ ਨੂੰ ਆਪਣਾ ਜਿਹੜਾ ਬ੍ਰੈਂਡ ਵੋਇਸ ਉਹਨੂੰ ਥੋੜ੍ਹਾ ਜਿਹਾ ਕੰਮ ਆ ਅਤੇ ਉਹ ਕਿਤੇ ਗਿਆ ਆ ਅਤੇ ਆਪਾਂ ਦੋਵੇਂ ਆਏ ਹਾਂ ਥੱਲੇ। ਭਾਅ ਜੀ ਬੀਜ਼ੀ ਬੜੇ, ਬਹੁਤ ਜ਼ਿਆਦਾ ਸਟਰਗਲ ਕਰ ਲਏ ਨੇ ਰਾਈਟ, ਅਤੇ ਹੁਣ ਅਸੀਂ ਵਲੌਗ ਬਣਾਉਂਦੇ ਹਾਂ ਅਤੇ ਅੱਗੇ ਜੋ ਵੀ ਅਸੀਂ ਕੁਛ ਕਰਨਾ ਜਿੱਧਰ ਵੀ ਅਸੀਂ ਘੁੰਮਣਾ ਤੁਹਾਨੂੰ ਸਾਰਾ ਘੁੰਮਾਵਾਂਗੇ। ਅਤੇ ਆ ਜਾਓ ਚੱਲਦੇ ਹਾਂ। ਸੋ ਗਾਇਸ, ਇੱਧਰ ਦੇਖ ਲਓ ਪੱਤੇ ਪੂਰੇ ਹਰੇ ਹੋ ਗਏ ਆ ਅਤੇ ਅਸੀਂ ਹੁਣ ਅੱਗੇ ਜਾਣਾ ਆ ਅਤੇ ਇੱਧਰੋਂ ਗੱਡੀਆਂ ਆਉਂਦੀਆਂ ਆ ਅਤੇ ਬੱਤੀ ਆਪਣੀ ਲਾਲ ਆ ਜਦੋਂ ਹੋ ਗਈ ਹਰੀ ਅਤੇ ਫਿਰ ਜਾਵਾਂਗੇ ਅਸੀਂ ਅੱਗੇ ਅਤੇ ਅੱਗੇ ਤੁਹਾਨੂੰ ਵਿਖਾਉਂਦੇ ਹਾਂ। ਇੱਧਰ ਅਸੀਂ ਅੱਗੇ ਬਾਅਦ 'ਚ ਜਾਂਦੇ, ਪਹਿਲਾਂ ਅਸੀਂ ਪਾਰਕ 'ਚ ਐਂਟਰ ਹੋਣ ਲੱਗੇ। ਬੜੀ ਵਧੀਆ ਪਾਰਕ ਆ ਤੇ ਇੱਧਰ ਸਵੀਮਿੰਗ ਪੂਲ ਬਣਿਆ ਨਹਾਉਣ ਨੂੰ ਤੇ ਉਹ ਬੰਦਾ ਇਕੱਲਾ ਹੀ ਉੱਧਰ ਨੂੰ ਚੱਲ ਗਿਆ ਤੇ ਇੱਧਰ ਦੀ ਅਸੀਂ ਜਾ ਨਹੀਂ ਸਕਦੇ ਤੇ ਅਸੀਂ ਇੱਧਰ ਦੀ ਜਾਂਦੇ ਹਾਂ। ਬੂਟਾਂ ਦਾ ਕੋਈ ਨੀ, ਆ ਜਾ ਹੁਣ ਲੰਘਣਾ ਤਾਂ। ਤੇ ਇੱਧਰ ਦੇਖ ਲਓ, ਇੱਥੇ ਅਸੀਂ ਇੱਕ ਵੀਡੀਓ ਵੀ ਸ਼ੂਟ ਕੀਤੀ ਸੀ ਉੱਥੇ ਅੱਗੇ। ਥੋੜ੍ਹੇ ਜਿਹੇ ਸ਼ੋਟ ਹੁਣ ਅਸੀਂ ਲੈਂਦੇ ਹਾਂ ਅੱਗੇ ਜਾ ਕੇ, ਥੋੜ੍ਹੇ ਜਿਹੇ ਸ਼ੋਟ ਲੈਣੇ ਆ ਅਤੇ ਅਸੀਂ ਇੱਕ ਸੌਂਗ ਅਤੇ ਮਤਲਬ ਸਿੱਧੂ ਦੇ AI ਕੀਤਾ ਸੀਗਾ ਸੌਂਗ ਅਤੇ ਉਹਦੇ 'ਤੇ ਅਸੀਂ ਵੀਡੀਓ ਪਾਉਂਗੇ ਅਤੇ ਉਹ ਤੁਹਾਨੂੰ ਅਸੀਂ ਆਪਣੇ ਸਪੇਨ ਵਾਲੇ ਜਿਹੜੇ ਆ ਉਸ ਚੈਨਲ 'ਤੇ ਤੁਹਾਨੂੰ ਦੇਖਣ ਨੂੰ ਮਿਲੂਗੀ। ਅਤੇ ਆ ਜਾਓ ਅਤੇ ਉੱਥੇ ਵਿੱਚ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਉਹ ਚੱਲਦਾ ਹੁੰਦਾ ਹੈ, ਚੱਲਦਾ ਸੀ ਚੱਲਦਾ ਸੀ ਅਤੇ ਉੱਥੇ ਫੁਹਾਰਾ ਜਿਹਾ, ਕੀ ਕਹਿੰਦੇ ਉਹਨੂੰ, ਫੁਹਾਰਾ ਹੀ ਕਹਿੰਦੇ ਨਾ, ਫੁਹਾਰਾ ਹੀ ਯੈਸ ਕਹੀ ਜਾਂਦੇ ਹੋਰ ਪਤਾ ਨਹੀਂ। ਅਤੇ ਇੱਧਰ ਦੇਖ ਲਓ ਅਤੇ ਪਾਣੀ ਪੂਰਾ ਥੱਲੇ ਗੰਦ ਅਤੇ ਆਹ ਜਿਹੜਾ ਚੱਲਦਾ ਹੁੰਦਾ ਸੀਗਾ। ਅਤੇ ਉੱਧਰ ਅੱਗੇ ਮੂਰਤੀ ਵੀ ਬਣੀ ਆ, ਬੀਬੀ ਬੈਠੀ ਆ ਅਤੇ ਇਹਦੇ ਅੰਦਰ ਪਾਣੀ ਭਰ ਗਿਆ ਹੋਣਾ ਪੂਰਾ, ਕਿਤੇ ਨੀ ਕੋਈ ਹੁੰਦਾ, ਚਿੱਟੇ ਗਿਆ, ਰੰਗ ਹੋ ਜੂਗਾ, ਰੰਗ ਹੋ ਜੂਗਾ। ਤੇ ਇੱਧਰ ਦੇਖ ਲਓ ਪਾਣੀ ਭਰ ਗਿਆ, ਇਹ ਪਹਿਲਾਂ ਟਾਈਮ ਤੇ ਚੱਲਦਾ ਹੁੰਦਾ ਸੀਗਾ। ਵਾਈਸ ਇੱਧਰ ਤੁਹਾਨੂੰ ਥੋੜਾ ਜਿਹਾ ਵਿਖਾਇਆ ਸੀਗਾ ਤੇ ਇੱਧਰ ਅਸੀਂ ਜਾਂਦੇ ਹਾਂ। ਇੱਧਰ ਤੁਹਾਨੂੰ ਸਿਨੇਮਾ ਵੀ ਵਿਖਾਉਂਦੇ ਹਾਂ ਕਿਉਂਕਿ ਅਸੀਂ ਪਿਛਲੇ ਹਫ਼ਤੇ ਅਸੀਂ ਸਿਨੇਮੇ ਚ ਗਏ ਸੀਗੇ, ਫਿਲਮ ਵੇਖਣ ਗਏ ਸੀਗੇ। ਉਹ ਫਿਲਮ ਸੀਗੀ ਸ਼ਿੰਦਾ ਸ਼ਿੰਦਾ ਨੋ ਪਾਪਾ, ਫਿਲਮ ਜਿਹੜੀ ਨਵੀਂ ਆਈ ਆ ਗਿੱਪੀ ਗਰੇਵਾਲ ਦੀ ਤੇ ਉਹਦੇ ਮੁੰਡੇ ਦੀ, ਤੇ ਉਹ ਅਸੀਂ ਵੇਖਣ ਗਏ ਸੀਗੇ। ਤੁਹਾਨੂੰ ਸਿਨੇਮਾ ਅਸੀਂ ਕਿਹਾ ਸੀਗਾ ਬਾਹਰੋਂ ਦਿਖਾਵਾਂਗੇ, ਉਦੋਂ ਟਾਈਮ ਨਹੀਂ ਸੀ, ਲੇਟ ਹੋ ਗਏ ਸੀਗੇ ਤੇ ਉਹ ਵੀ ਸ਼ਾਰਟ ਤੁਹਾਨੂੰ ਇਸ ਵਲੌਗ 'ਚ ਮੈਂ। ਫਿਲਮ ਓਵਰਆਲ ਬਹੁਤ ਵਧੀਆ ਸੀ, ਲਾਸਟ 'ਤੇ ਸਾਨੂੰ ਜ਼ਿਆਦਾ ਵਧੀਆ ਲੱਗੀ। ਜਦੋਂ ਇੰਟਰਵਲ ਆਉਂਦਾ ਵਾ ਉੱਥੇ ਕਾਰਨ ਕੇ ਇੱਕ ਵਾਰੀ ਫਿਲਮ ਸਾਨੂੰ ਲੱਗਣੀ ਵੀ ਨਹੀਂ ਯਾਰ ਖਾਸ, ਐਡੀ ਕੋਈ ਖਾਸ ਨਹੀਂ ਬਣੀ, ਪਰ ਐਂਡ 'ਤੇ ਓਵਰਆਲ ਫਿਲਮ ਬਹੁਤ ਵਧੀਆ ਸੀ। ਉਹਦੇ ਵਿੱਚ ਲਾਈਕ ਦੱਸਿਆ ਗਿਆ ਵਾ ਵੀ ਕਿਤੇ ਨਾ ਕਿਤੇ ਬੱਚਿਆਂ ਬਾਰੇ ਦੱਸਿਆ ਗਿਆ, ਬੱਚੇ ਲਾਈਕ ਆਜ਼ਾਦੀ ਬਾਰੇ ਬੱਚਿਆਂ ਨੇ ਵੀ ਅਸੀਂ ਫੋਰਸ ਕਰਦੇ ਮਿਲਿਆ ਯਾਰ, ਗੁਆਂਢੀਆਂ ਦਾ ਮੁੰਡਾ ਆਹ ਬਣ ਗਿਆ, ਤੂੰ ਕੀ ਕੀਤਾ, ਫਲਾਣੇ ਮੁੰਡੇ ਨੇ ਆਹ ਕਰਤਾ, ਤੂੰ ਕੀ ਕੀਤਾ, ਉਹ ਚੀਜ਼ ਬਾਰੇ ਦੱਸਿਆ ਗਿਆ ਵਾ। ਅਤੇ ਉਹ ਕਿਤੇ ਨਾ ਕਿਤੇ ਸਾਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ ਬੱਚਿਆਂ ਨੂੰ, ਉੱਥੇ ਅਸੀਂ ਗਲਤ ਵਾਂ, ਪਰ ਬੱਚੇ ਵੀ ਗਲਤ ਆ ਜਿੱਥੇ ਉਹ ਨਹੀਂ ਮਾਂ ਪਿਓ ਦਾ ਮੰਨਦਾ। ਮੇਨ ਉਹਦੇ ਵਿੱਚ ਦੱਸਿਆ ਗਿਆ ਵੀ ਬੱਚਿਆਂ ਨੂੰ ਕਿਹੜੇ ਤਰੀਕੇ ਨਾਲ ਰਹਿਣਾ ਚਾਹੀਦਾ ਮਾਂ ਪਿਓ ਨਾਲ ਅਤੇ ਮਾਂ ਪਿਓ ਨੂੰ ਕਿਹੜੇ ਤਰੀਕੇ ਨਾਲ ਬੱਚਿਆਂ ਰਹਿਣਾ ਚਾਹੀਦਾ। ਓਵਰਆਲ ਫਿਲਮ ਬਹੁਤ ਵਧੀਆ ਸੀ, ਵੇਖਣ ਵਾਲੀ ਆ, ਤੁਸੀਂ ਵੀ ਜ਼ਰੂਰ ਵੇਖਿਓ। ਬਾਕੀ ਜੱਗੂ ਦੱਸਦਾ, ਬਾਕੀ ਪਹਿਲਾਂ ਉਹ ਨਿਆਣਿਆਂ ਨੂੰ ਇੱਦਾਂ ਨਾ ਝੰਬਦੇ ਬੜਾ, ਕੁੱਟਦੇ ਬੜਾ ਆ ਤੇ ਉਹ ਟਾਂਗਾ ਤੋੜਦੇ ਆ ਗਏ। ਤੇ ਉਸ ਫਿਲਮ 'ਚ ਇਹੀ ਦੱਸਿਆ ਕਿ ਬਾਹਰਲੇ ਜਦੋਂ ਬਾਹਰ ਜਿੱਥੇ ਬਰਥ ਹੁੰਦਾ ਬੰਦੇ ਦਾ, ਬਾਹਰ ਮੁੰਡੇ ਦਾ ਬੱਚੇ ਦਾ, ਤੇ ਉਹ ਇੱਥੋਂ ਦੀ ਸੋਚ ਰੱਖਦਾ ਆ, ਇੰਡੀਆ ਪੰਜਾਬ ਵਾਲੀ ਸੋਚ ਨਹੀਂ ਲੱਗਦਾ, ਉੱਥੇ ਕੁੱਟਦੇ ਆ ਉਹਦੇ ਦਿਮਾਗ 'ਤੇ ਕੀ ਅਸਰ ਪੈਂਦਾ ਆ। ਚਲੋ ਦੋ ਤਿੰਨ ਵਾਰੀ ਕੁੱਟ ਲਿਆ ਉਹਦੇ ਤਾਂ ਇੰਨਾ ਚੱਕਰ ਨਹੀਂ ਹੁੰਦਾ, ਉਹਨੇ ਕਿਤੇ ਕਦਾਂ ਹੁਣ ਵੱਜ ਵੀ ਜਾਂਦੀਆਂ, ਆਪਾਂ ਇਹ ਨਹੀਂ ਕਿੰਨੇ ਕੁੱਟਣਾ ਕਰਤਾ ਵਾ, ਕਿਤੇ ਕਦਾਂ ਹੀ ਵੱਜ ਵੀ ਜਾਂਦੀਆਂ, ਠੀਕ ਵਾ। ਪਰ ਜੋ ਮੰਨ ਲਓ ਵੀ ਹੁਣ ਬੱਚਾ ਵੀ ਜਿੱਥੇ ਨਾ ਮੰਨੇ ਉੱਥੇ ਮਾਰਨੀਆਂ ਪੈਂਦੀਆਂ ਬਣਦੀਆਂ ਵਾ, ਕਿਉਂਕਿ ਮਾਂ ਪਿਓ ਨੇ ਹਮੇਸ਼ਾ ਗਲਤ ਨਹੀਂ ਸੋਚਣਾ, ਬੱਚੇ ਦਾ ਸਹੀ ਸੋਚਣਾ, ਪਰ ਲੋੜ ਤੋਂ ਵੱਧ ਕੁੱਟਣਾ ਵੀ ਮਾੜੀ ਗੱਲ ਵਾ, ਮਾੜੀ ਗੱਲ, ਸਹੀ ਆ।
ਇਹੋ ਬਸ ਇਹੋ ਚੀਜ਼ ਸਮਝਾਈ ਗਈ ਆ ਫਿਲਮ 'ਚ, ਅਤੇ ਪਰ ਓਵਰਆਲ ਫਿਲਮ ਵਧੀਆ ਸੀ। ਉਹਦੇ ਵਿੱਚ ਦੱਸਿਆ ਗਿਆ ਯੂਨਿਟੀ ਬਾਰੇ ਵੀ, ਇਕੱਠ ਹੋਵੇ ਕਿ ਵੀ ਚੀਜ਼ ਦਾ ਬੰਦੇ ਇਕੱਠੇ ਆਉਣ, ਉਹ ਚੀਜ਼ 'ਚ ਬੈਨੀਫਿਟ ਵਾ, ਸਹੀ ਆ। ਉਹਦੇ ਵਿੱਚ ਇਹ ਵੀ ਦੱਸਿਆ ਗਿਆ ਵਾ, ਉਹਦੇ ਵਿੱਚ ਉਹ ਕਿਤੇ ਕਹਿੰਦਾ ਵੀ ਉਹਨੂੰ ਬਹਾਨਾ ਬਣਾਉਂਦਾ ਵੀ ਕੈਨੇਡਾ ਤੋਂ ਖੜਨਾ ਵਾ, ਪਿੰਡ ਖੜਨਾ, ਉਹ ਆਉਂਦਾ ਪੁੱਤ ਸ਼ਰੀਕਾਂ ਨੇ ਜ਼ਮੀਨ ਨੱਪ ਲਈ, ਉਹ ਕਹਿੰਦਾ ਡੈਡੀ ਪੈਲੀ ਬਦਲੇ ਚਾਚੇ ਦਾ ਇਹ ਆਉਣਾ ਲੜਨਾ ਵਾ, ਕਿਤੇ ਨਾ ਕਿਤੇ ਗੱਲ ਸਹੀ ਸੀ। ਹੁਣ ਚਲੋ ਇਹ ਗੱਲ ਬਾਹਰ ਵਾਲੇ ਨੂੰ ਸਮਝ ਲਈ ਵੀ ਨਹੀਂ ਯਾਰ ਇੰਨੀ ਕੁ ਗੱਲ ਤੋਂ ਕਿਉਂ ਆਪਣਿਆਂ ਨਾਲ ਕਰਨਾ, ਪਰ ਇਹ ਗੱਲ ਉਹਨਾਂ ਨੂੰ ਸਮਝਾਉਣੀ ਔਖੀ ਆ ਜਿਹੜੇ ਪਿੱਛੇ ਹੁੰਦੇ ਆ, ਸਹੀ ਆ, ਉਹਨਾਂ ਨੂੰ ਸਮਝਾਉਣੀ ਔਖੀ ਆ, ਕਿਸੇ ਨੂੰ ਮੇਰੀ ਗੱਲ ਬੁਰੀ ਵੀ ਲੱਗੂਗੀ ਮੇਰੇ ਹਿਸਾਬ ਨਾਲ, ਪਰ ਇਹ ਗੱਲਾਂ ਫਿਲਮ ਦੇ ਵਿੱਚ ਕਹੀਆਂ ਹੈਗੀਆਂ, ਮੈਂ ਕੋਲੋਂ ਨਹੀਂ ਕੋਈ ਕਹਿਣ ਡਿਆ। ਇੱਧਰ ਹੈਗਾ ਸਕੂਲ ਅਤੇ ਹੁਣ ਅਸੀਂ ਅੱਗੇ ਜਾ ਰਹੇ ਹਾਂ, ਅਤੇ ਉੱਧਰ ਹੈਗਾ ਸਿਨੇਮਾ ਆਪਣਾ, ਅਤੇ ਉੱਧਰ ਤੁਹਾਨੂੰ ਸਿਨੇਮਾ ਅਸੀਂ ਬਾਹਰੋਂ ਵਿਖਾਵਾਂਗੇ, ਅੰਦਰੋਂ ਅੰਦਰੋਂ ਦੇਖਣ ਦੇਣਗੇ, ਹਾਂ ਅੰਦਰੋਂ ਦੇਖ ਸਕਦੇ ਆਪਾਂ, ਪਰ ਤੁਹਾਨੂੰ ਥੋੜ੍ਹਾ ਜਿਹਾ ਬਾਹਰੋਂ ਛੋਟ ਦੇ ਦਾਂਗੇ। ਆ ਗਿਆ ਆਪਣਾ ਸਿਨੇਮਾ ਲੋਥ, ਉਹਦੇ ਉੱਤੇ ਲਿਖਿਆ ਆ, ਅਤੇ ਇੱਥੇ ਅਸੀਂ ਆਏ ਸੀਗੇ ਫਿਲਮ ਦੇਖਣ ਛਿੰਦਾ ਛਿੰਦਾ ਨੋ ਪਾਪਾ, ਇੱਥੇ ਉਹ ਦੇਖ ਲਓ ਬਾਹਰ ਉੱਤੇ ਪੋਸਟਰ ਵੀ ਲੱਗੇ ਆ, ਪਰ ਇੱਥੇ ਪੰਜਾਬੀ ਫਿਲਮਾਂ ਦੇ ਪੋਸਟਰ ਨਹੀਂ ਲਾਉਂਦੇ, ਇੱਥੇ ਡਾਇਰੈਕਟ ਦੱਸਦੇ ਆ ਜਦੋਂ ਵੀ ਫਿਲਮ ਆਉਣੀ ਹੁੰਦੀ ਆ। ਅਸੀਂ ਵਟਸਐਪ ਦਾ ਨੰਬਰ ਦਿੱਤਾ ਹੋਇਆ ਆ, ਅਤੇ ਉੱਥੇ ਵਟਸਐਪ 'ਤੇ ਡਾਇਰੈਕਟ ਮੈਸੇਜ ਆਉਣ ਲਾ, ਅਤੇ ਆਹ ਫਿਲਮ ਲੱਗਣੀ ਆ ਜੇ ਦੇਖਣੀ ਆ ਤਾਂ ਆ ਲਓ। ਅਤੇ ਹੁਣ ਅਸੀਂ ਚੱਲਦੇ ਹਾਂ ਸੈਂਟਰ ਵੱਲ, ਅਤੇ ਉੱਥੇ ਵੀ ਤੁਹਾਨੂੰ ਥੋੜ੍ਹਾ ਬਹੁਤਾ ਹੋਰ ਦਿਖਾਉਂਦੇ ਹਾਂ, ਅਤੇ ਫਿਰ ਅਸੀਂ ਚੱਲਾਂਗੇ ਹੋਰ ਕਿਤੇ, ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਗਾਇਸ ਇੱਧਰ ਅੱਗੇ ਸੈਂਟਰ ਆ, ਹੁਣ ਅਸੀਂ ਸੈਂਟਰ ਵੱਲ ਚੱਲੇ ਹਾਂ, ਅਤੇ ਆਹ ਇੱਥੇ ਪਾਰਕ ਸੀਗੀ, ਅਤੇ ਉਹ ਜਿਹੜਾ ਪਹਾੜ ਦੀਦਾ ਨਾ ਉੱਤੇ, ਉਹ ਪਹਾੜ 'ਤੇ ਅਸੀਂ ਗਏ ਸੀਗੇ ਬ੍ਰੈਂਡ ਬੋਏ ਨਾਲ, ਅਤੇ ਉਹ ਇੱਥੋਂ ਤੁਹਾਨੂੰ ਅੱਗੇ ਜਾ ਕੇ ਥੋੜ੍ਹਾ ਉਹ ਵੀ ਦਿਖਾਉਂਦਾ ਹਾਂ, ਅਤੇ ਇੱਧਰ ਪਿੱਛੇ ਅਸੀਂ ਸਾਰਾ ਕੁਝ ਛੱਡਤਾ ਆ, ਉੱਧਰ ਸਿਨੇਮਾ ਸੀਗਾ, ਉਹ ਉੱਤੇ ਪਹਾੜ ਆ, ਅਤੇ ਉੱਤੇ ਚਰਚ ਸੀਗੀ ਜਿੱਥੇ ਅਸੀਂ ਗਏ ਸੀਗੇ, ਪਰ ਉਦੋਂ ਬੰਦ ਸੀਗੀ, ਅਸੀਂ ਕਿਸੇ ਦਿਨ ਜਦੋਂ ਖੁੱਲੂਗੀ ਉਦੋਂ ਜਾਵਾਂਗੇ, ਅਤੇ ਉਹ ਜਿਹੜਾ ਪਹਾੜ ਸੀਗਾ, ਅਤੇ ਹੁਣ ਅਸੀਂ ਇੱਧਰ ਜਾਣਾ ਆ, ਅਤੇ ਆ ਜਾਓ ਚੱਲਦੇ ਹਾਂ। ਇੱਥੇ ਦੇਖ ਲਓ ਘੰਟਿਆਂ ਵੱਜਣ ਦੀਆਂ, ਅਤੇ ਲੋਕ ਵੀ ਬਾਹਰ ਆ ਗਏ ਆ, ਅਤੇ ਇੱਧਰ ਅਸੀਂ ਘੁੰਮਣ ਦੇ ਹਾਂ, ਆਵਾਜ਼ ਪਤਾ ਕੀ ਆਉਣੀ ਕਿ ਨਹੀਂ, ਉਹ ਲਾਈਟਾਂ ਵੀ ਜਾਂਦੀਆਂ ਵਿੱਚ, ਉਹਦੇ ਉਹ ਇੱਥੇ ਬੁੱਝਣ ਦੇ ਆ ਉੱਥੇ, ਇਹ ਕਿਉਂ ਇੱਦਾਂ ਹੁੰਦਾ, ਉਹ ਵੀ ਵੀਡੀਓ ਬਣਾ ਰਿਹਾ ਸਾਡੇ ਵੱਲ, ਤੇ ਇੱਧਰ ਦੇਖ ਲਓ, ਤੇ ਆ ਜਾਓ ਅਸੀਂ ਅੱਗੇ ਜਾ ਰਹੇ ਹਾਂ। ਕਿੱਥੇ ਆਏ ਆ? ਬਾਏ ਕਰਦੇ, ਬਾਏ ਬਾਏ। ਹੈਲੋ ਗਾਈਸ, ਕਿੱਦਾਂ ਲੱਗਿਆ? ਹੁਣ ਕੀ ਖਾਂਦਾ? ਹਿੰਦੀ ਆ ਗਈ ਵਿੱਚ, ਹਿੰਦੀ ਆ ਗਈ ਵਿੱਚ।